ਅਕਸਰ ਸੁਣਨ ਨੂੰ ਮਿਲਦਾ ਹੈ ਕਿ ਭਾਰਤ ਡਿਜੀਟਲ ਇੰਡੀਆ ਬਣ ਚੁੱਕਾ ਹੈ। 21ਵੀਂ ਸਦੀ ਦੇ ਵਿਗਿਆਨਿਕ ਯੁੱਗ 'ਚੋਂ ਭਾਰਤ ਮੰਗਲ ਵਰਗੇ ਗ੍ਰਹਿਆਂ ਨਾਲ ਸਾਂਝ ਪਾ ਚੁੱਕਾ ਹੈ, ਪਰ ਭਾਰਤੀ ਲੋਕਾਂ ਦੀ ਜੀਵਨ ਸ਼ੈਲੀ ਅਤੇ ਮਾਨਸਿਕਤਾ ਕੁਝ ਹੋਰ ਹੀ ਬਿਆਨ ਕਰ ਰਹੀ ਹੈ, ਜੋ ਸਾਇੰਸ ਅਤੇ 21ਵੀਂ ਸਦੀ ਦੀ ਆਧੁਨਿਕਤਾ ਤੋਂ ਕੋਹਾਂ ਦੂਰ ਹੈ ਅਤੇ ਅੱਜ ਵੀ ਪਖੰਡੀ ਬਾਬਿਆਂ ਦੇ ਭੰਵਰ ਚਾਲ ਅਤੇ ਵਹਿਮਾਂ ਭਰਮਾਂ 'ਚੋਂ ਲੁਪਤ ਹੈ। ਮਾਮਲਾ ਪਟਿਆਲਾ ਅਧੀਨ ਆਉਂਦੇ ਨਾਭਾ ਦਾ ਹੈ, ਜਿੱਥੋਂ ਦੇ ਪਿੰਡ ਰਾਮਗੜ੍ਹ ਦੇ ਕਿਸਾਨ ਹਾਕਮ ਸਿੰਘ ਨੂੰ ਦੋ ਬਾਬਿਆਂ ਨੇ ਪੈਸੇ ਦੁੱਗਣੇ ਕਰਨ ਦੇ ਝਾਂਸੇ 'ਚੋਂ ਠੱਗ ਲਿਆ ਸੀ। ਇਸ ਵੇਲੇ ਜੋ ਤਸਵੀਰਾਂ ਤੁਸੀਂ ਵੇਖ ਰਹੇ ਹੋ ਉਸ ਵੇਲੇ ਦੀਆਂ ਨੇ, ਜਦੋਂ ਪਖੰਡੀ ਬਾਬੇ ਬਾਲਕ ਦਾਸ ਅਤੇ ਮੰਗਲ ਦਾਸ ਨੇ ਹਾਕਮ ਸਿੰਘ ਨਾਮੀ ਕਿਸਾਨ ਨੂੰ ਠੱਗਿਆ ਸੀ। ਦਰਅਸਲ ਹਾਕਮ ਸਿੰਘ ਨੇ ਆਪਣੀ ਜ਼ਮੀਨ ਵੇਚ ਕੇ 30 ਲੱਖ ਰੁਪਏ ਆਪਣੇ ਲੜਕਿਆਂ ਦੇ ਵਿਆਹ ਲਈ ਰੱਖੇ ਸਨ, ਜਿਸ ਦਾ ਪਤਾ ਇਹਨਾਂ ਪਖੰਡੀ ਬਾਬਿਆਂ ਨੂੰ ਲੱਗ ਗਿਆ ਅਤੇ ਦੋਨਾਂ ਨੇ ਹਾਕਮ ਸਿੰਘ ਕਿਸਾਨ ਨੂੰ ਪੈਸੇ ਦੁੱਗਣੇ ਕਰਨ ਦਾ ਝਾਂਸਾ ਦੇ ਕੇ ਪੈਸੇ ਆਪਣੇ ਕਬਜ਼ੇ 'ਚੋਂ ਲੈ ਲਏ। ਕਿਸਾਨ ਤੋਂ 2 ਗਾਗਰਾਂ ਮੰਗਵਾ ਕੇ 15-15 ਲੱਖ ਉਹਨਾਂ ਵਿੱਚ ਪਾ ਦਿੱਤੇ। ਧਰਤੀ ਹੇਠਾਂ ਦੱਬ ਕੇ ਕਿਸਾਨ ਨੂੰ ਉਸਦੀ ਰਾਖੀ ਕਰਨ ਲਈ ਕਿਹਾ ਅਤੇ ਲੜਕਿਆਂ ਦੇ ਵਿਆਹ ਦੀ ਤਿਆਰੀ ਅਤੇ ਮਠਿਆਈ ਬਣਵਾਉਣ ਲਈ ਕਿਹਾ, ਜਿਸ ਤੋਂ ਬਾਅਦ ਤਾਂ ਹਾਦੀ ਹੋ ਗਈ। ਰਿਸ਼ਤੇਦਾਰ ਵੀ ਆ ਗਏ ਅਤੇ ਵਿਆਹ ਦੀ ਤਰੀਕ ਵੀ ਪੱਕੀ ਹੋ ਗਈ, ਪਰ ਬਰਾਤ ਕਿੱਥੇ ਲੈ ਕੇ ਜਾਣੀ ਸੀ ਇਸ ਦਾ ਕੋਈ ਅਤਾ ਪਤਾ ਨਹੀਂ। ਬਾਅਦ ਵਿੱਚ ਬਾਬੇ ਨੇ ਫੋਨ ਬੰਦ ਕਰ ਲਿਆ। ਜਦੋਂ ਪਰਿਵਾਰ ਨੂੰ ਕੁਝ ਇਲਮ ਹੋਇਆ, ਉਹਨਾਂ ਨੇ ਗਾਗਰਾਂ ਤੋਂ ਮਿੱਟੀ ਪੁੱਟ ਕੇ ਦੇਖੀ ਤਾਂ ਉਸ ਵਿੱਚ ਕੋਈ 30 ਲੱਖ ਰੁਪਇਆ ਨਹੀਂ ਸੀ। ਪਰਿਵਾਰ ਨੂੰ ਹੱਥਾਂ ਪੈਰਾਂ ਦੀ ਪੈ ਗਈ ਕਿ ਉਹ ਠੱਗੇ ਗਏ ਨੇ। ਉਹਨਾਂ ਨੇ ਤੁਰੰਤ ਪੁਲਿਸ ਕੋਲ ਜਾ ਕੇ ਰਿਪੋਰਟ ਦਰਜ ਕਰਵਾਈ, ਜਿਸ ਤੋਂ ਬਾਅਦ ਪਖੰਡੀ ਬਾਬਿਆਂ ਖਿਲਾਫ ਮਾਮਲਾ ਦਰਜ ਕਰ ਲਿਆ ਤੇ ਹੁਣ ਬਾਬੇ ਪੁਲਿਸ ਦੇ ਅੜਿੱਕੇ ਚੜ ਗਏ, ਜਿਨ੍ਹਾਂ ਕੋਲੋਂ 18 ਲੱਖ ਰੁਪਏ ਵੀ ਬਰਾਮਦ ਹੋ ਚੁੱਕੇ ਨੇ, ਜਿਸ ਤੋਂ ਬਾਅਦ ਇਹਨਾਂ ਪਖੰਡੀ ਬਾਬਿਆਂ ਨੇ ਆਪਣੀ ਗਲਤੀ ਮੰਨ ਲਈ। ਬਸ ਉਹ ਸੋਨਾ ਬਣਾਉਣ ਦੇ ਚੱਕਰ 'ਚ ਡਬਲ ਦੇ ਚੱਕਰ 'ਚ ਆਪਣੇ ਉਸ ਸੇਵਾ ਕਰਦਾ ਸੀ ਭਾਂਡੇ ਭੁੰਨੇ ਦੀ। ਸਾਡੇ ਤੋਂ ਗਲਤੀ ਹੋ ਗਈ ਜੀ, ਇਸ ਇੱਥੇ ਹੀ ਹੈ ਜੀ ਬਸ ਇਹ। ਹਾਂਜੀ, ਉਹ ਤਾਂ ਦਾਰੀਆਂ ਟੁੰਮਾਂ ਲੈ ਗਏ ਸੀ, ਉਹਦੀ ਦਾਰੀਆਂ ਟੁੰਮਾਂ ਬਣਵਾਈਆਂ ਸੀ, ਉਹ ਤਾਂ ਕੋਈ ਉਹ ਠੱਗੀ ਨਹੀਂ ਮਾਰੀ ਉੱਥੇ। ਨਹੀਂ ਜੀ, ਇਹ ਤਾਂ ਇੱਥੇ ਹੀ ਥੋੜ੍ਹੀ ਜਿਹੀ ਚੀਜ਼ ਹੋਇਆ, ਇੱਥੇ ਹੀ ਹੋਇਆ ਜੀ। ਨਹੀਂ ਐਵੇਂ ਗਾਗਰਾਂ ਦੇ ਵਿੱਚ ਪਾ ਕੇ ਹਾਂਜੀ, ਉਸ ਤੋਂ ਬਾਅਦ ਕੱਢ ਲੈਂਦੇ ਸੀ ਅਸੀਂ। ਉਹ ਤਾਂ ਕਿਹਾ ਜੀ, ਉਹ ਨਾਲ ਹੋਰ ਵੀ ਬੰਦੇ ਸੀ, ਮੈਂ ਇਕੱਲੇ ਨੇ ਤਾਂ ਨਹੀਂ ਇਹ ਕੀਤਾ ਜੀ। 4 ਸੀ ਜੀ ਅਸੀਂ, ਇਹ ਇੱਕ ਜਮਾਨਤੇ ਆ ਜੀ, ਇੱਕ ਚਲਾ ਗਿਆ ਜੀ, 2 ਅਸੀਂ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਇੰਚਾਰਜ ਜੈਇੰਦਰ ਰੰਧਾਵਾ ਨੇ ਦੱਸਿਆ, ਸਾਡੇ ਇੱਥੇ ਜੀ 72 ਨੰਬਰ FIR PA ਸਦਰ ਨਾਭਾ ਦਰਜ ਹੋਈ 7/5/2019 ਨੂੰ। ਮੁਦਈ ਬਿਆਨ ਹਾਕਮ ਸਿੰਘ ਦੇ ਬਿਆਨ 'ਤੇ ਦਰਜ ਹੋਈ ਸੀ, ਜਿਨ੍ਹਾਂ ਨੇ ਦੱਸਿਆ ਥਾਣੇ ਹਾਜ਼ਰ ਆ ਕੇ ਕਿ 4 ਬੰਦਿਆਂ ਨੇ, ਬਾਬਾ ਬਾਲਕ ਦਾਸ, ਮੰਗਲ ਦਾਸ ਅਤੇ ਕਾਲਾ ਸਿੰਘ ਅਤੇ ਇੱਕ ਹੋਰ ਬੰਦੇ ਨੇ, ਇਹਨਾਂ ਨੇ 30 ਲੱਖ ਦੀ ਠੱਗੀ ਮਾਰੀ ਹੈ। ਜੋ ਪੜਤਾਲ ਤੋਂ ਬਾਅਦ ਇਹ ਆਇਆ ਕਿ ਬਾਬਾ ਮੰਗਲ ਦਾਸ ਅਤੇ ਬਾਲਕ ਦਾਸ ਨੇ ਇਹਨਾਂ 30 ਲੱਖ ਦੀ ਠੱਗੀ ਮਾਰੀ, ਜਿਹਦੇ ਵਿੱਚ ਤਕਰੀਬਨ ਅਸੀਂ 18 ਤੋਂ 18.5 ਲੱਖ ਰੁਪਏ ਰਿਕਵਰ ਕਰਾ ਚੁੱਕੇ ਹਾਂ। ਅਤੇ ਇਹਦੇ ਵਿੱਚ ਇਹ ਵੀ ਆਇਆ ਕਿ ਇਹਨੇ 3 ਹੋਰ ਥਾਂ 'ਤੇ ਪਰਚੇ ਦਰਜ, ਉੱਥੇ ਵੀ ਠੱਗੀਆਂ ਮਾਰੀਆਂ ਨੇ। ਲਾਲਚ ਇਹ ਦਿੰਦੇ ਸੀ ਵੀ ਇੱਕ ਤਾਂ ਵੀ ਪੈਸੇ ਡਬਲ ਕਰ ਦਾਂਗੇ, ਦੂਜਾ ਜਿਹੜਾ ਹਾਕਮ ਸਿੰਘ ਹੈ ਉਹਦੇ 2 ਬੇਟੇ ਨੇ ਵੀ ਉਹਨਾਂ ਦੇ ਬੇਟਿਆਂ ਦੇ ਵਿਆਹ ਕਰਾ ਦਾਂਗੇ। ਬਿਊਰੋ ਰਿਪੋਰਟ, ਵਿਜ਼ਨ ਪੰਜਾਬ TV।
ਦੁਨੀਆ ਭਰ ਦੀ ਤਾਜ਼ਾ ਤਰੀਨ ਖਬਰਾਂ ਅਤੇ ਮਨੋਰੰਜਨ ਭਰਪੂਰ ਪ੍ਰੋਗਰਾਮ ਵੇਖਣ ਲਈ ਸਬਸਕ੍ਰਾਈਬ ਕਰੋ ਸਾਡਾ ਯੂਟਿਊਬ ਚੈਨਲ ਤੇ ਦਬਾਓ ਬੈਲ ਬਟਨ ਐਂਡ ਆਲਸੋ ਲਾਈਕ ਆਰ ਫੇਸਬੁੱਕ ਪੇਜ।